ਗਲੀ ਦੇ ਮੋਹਰੇ ਸਾਡੇ ਚਿੱਟਾ ਪੀ ਕੇ ਟਿੱਚਰਾਂ ਮਖੌਲ ਕਰਦੇ 10-10 ਮੁੰਡੇ ਬਾਈਕਾਂ ਤੇ ਬਹਿ ਕੇ ਇੱਕ ਇੱਕ ਮੁੰਡੇ ਨੂੰ ਕੁੱਟਣ ਆਉਂਦੇ ਬੁੱਢੇ ਬੰਦਿਆਂ ਤੋਂ ਲੰਘ ਨਹੀਂ ਸਕਦਾ ਜਿੱਦਾਂ ਹਰਕਤਾਂ ਕਰਦੇ ਗੰਦੀ ਦਾ ਗਾਲ ਇੰਨੀ ਗੰਦੀ ਬੰਨਦੇ ਜਿਹੜੇ ਰੇਹ ਰੱਬਦੇ ਨੇ ਪੈਂਟਾਂ ਖੋਲ ਖੋਲ ਕੇ ਸ਼ਰਾਬਾਂ ਬਾਥਰੂਮ ਕਰਦਾ ਪਿਆ ਕੋਈ ਗਾਲਾਂ ਕੱਢਦਾ ਪਿਆ ਕੋਈ ਲੜਦਾ ਪਿਆ ਆਣ ਗਵਾਂਢ ਨਾਲ ਸਾਹਮਣੇ ਘਰ ਆ ਉੱਥੇ ਬੈਠ ਜਾਂਦੇ ਥੜੀਆਂ ਨੇ ਸ਼ਰਾਬਾਂ ਪੀ ਪੀ ਕੇ ਮੁਹੱਲੇ ਦੀਆਂ ਲੜਕੀਆਂ ਨਾਲ ਛੇੜਕਾਂ ਨਹੀਂ ਹੁੰਦੀਆਂ ਚੌਂਕ ਟਿਕਟ ਮੈਂ ਉਹ ਕਹਿੰਦੇ ਕੰਪਲੇਂਟ ਕਈ ਵਾਰੀ ਦਿੱਤੀ ਹੈ ਪਰ ਕੋਈ ਕੰਪਲੇਂਟ ਨਹੀਂ ਸਰ ਆ ਵੇਖੋ ਸਰ ਆ ਸਾਹਮਣੇ ਫੋਟੋ ਕਾਪੀਆਂ ਪਈਆਂ ਖੁੱਲਿਆ ਹੋਇਆ ਬਹੁਤ ਚਿਰ ਤੋਂ ਅਸੀਂ ਇਸ ਠੇਕੇ ਤੋਂ ਬਹੁਤ ਤੰਗ ਆ ਚੁੱਕੇ ਹਾਂ ਸਾਡਾ ਮੱਲਾ ਸਾਰਾ ਬਹੁਤ ਤੰਗ ਆ ਚੁੱਕਾ ਹੋਇਆ ਵਾ ਅਸੀਂ ਇਸ ਮੱਲੇ ਤੇ ਬਹੁਤ ਪਰੇਸ਼ਾਨ ਹਾਂ ਠੇਕੇ ਤੋਂ ਠੇਕਾ ਸਾਡਾ ਮੱਲਾ ਬਹੁਤ ਪਰੇਸ਼ਾਨ ਆ ਆਉਂਦੀਆਂ ਜਾਂਦੀਆਂ ਬੀਬੀਆਂ ਸਾਡੀਆਂ ਮੰਗਦੀਆਂ ਉਹਨਾਂ ਨੂੰ ਬੱਚੇ ਜਿਸਦੇ ਵੀ ਸ਼ਰਾਬ ਪਾਣੀ ਪੀਂਦੇ ਆ ਉਹ ਖੱਪ ਪਾਉਂਦੇ ਆ ਉਹ ਖੱਪ ਪਾ ਕੇ ਜਦੋਂ ਕੋਈ ਲੜਾਈ ਚੰਗੀ ਹੋ ਜਾਂਦੀ ਆ 10-10 ਮੁੰਡੇ ਲਿਆ ਕੇ ਇੱਕ ਦੂਜੇ ਮੁੰਡੇ ਨੂੰ ਕਟਵਾਉਂਦੇ ਆ ਫਿਰ ਸਾਡੀ ਬੇਨਤੀ ਆ ਪੰਜਾਬ ਸਰਕਾਰ ਦੇ ਅੱਗੇ ਤੇ ਇਹ ਬੇਨਤੀ ਆ ਠੇਕਾ ਬੰਦ ਕੀਤਾ ਜਾਵੇ ਚਿੱਟਾ ਪੀ ਕੇ ਬਹਿੰਦੇ ਸਾਡੀ ਗਲੀ ਦੇ ਮੋਹਰੇ ਉਹ ਬੰਦ ਹੋਣਾ ਚਾਹੀਦਾ ਬਾਬਾ ਜੀ ਦੀ ਗਲੀ ਦੇ ਮੋਹਰੇ ਗਲੀ ਦੇ ਮੋਹਰੇ ਸਾਡੇ ਚਿੱਟਾ ਪੀ ਕੇ ਟਿੱਚਰਾਂ ਮਖੌਲ ਕਰਦੇ 10-10 ਮੁੰਡੇ ਬਾਈਕਾਂ ਤੇ ਬਹਿ ਕੇ ਇੱਕ ਇੱਕ ਮੁੰਡੇ ਨੂੰ ਕੁੱਟਣ ਆਉਂਦੇ ਜਿਹੜੇ ਲੋਕ ਚਿੱਟਾ ਪੀਂਦੇ ਉਹਦੇ ਬਾਰੇ ਪੁਲਿਸ ਕੰਪਲੇਂਟ ਕੀਤੀ ਕਦੀ ਸਰ ਬਹੁਤ ਕੁਝ ਕੀਤਾ ਲੇਕਿਨ ਪੁਲਿਸ ਆਉਂਦੀ ਨਹੀਂ ਸਾਡੇ ਮੱਲੇ 'ਚ ਵੜਦੀ ਨਹੀਂ ਕਿਹੜਾ ਏਰੀਆ ਕਿਹੜਾ ਪੈਂਦਾ ਬੀਬੀ ਰਾਜ ਰਾਣੀ ਥਾਪਰ ਦਾ ਏਰੀਆ ਇਹ ਨਿਊ ਦਸ਼ਮੇਸ਼ ਨਗਰ ਬਲਕਿ ਦਸ਼ਮੇਸ਼ ਨਗਰ 'ਚ ਕੋਈ ਪੁਲਿਸ ਨਹੀਂ ਆਉਂਦੀ ਗੱਲ ਨਹੀਂ ਆਈ ਕਦੀ ਵੀ ਬਣੀ ਨਹੀਂ ਉਹ ਤੁਹਾਡੀ ਮੰਗ ਕੀ ਹੈ ਜੀ ਰਾਤੀ ਸਾਰੇ ਪਿੱਛੇ ਨੇ ਗੱਡੀ ਦੇਖੀ ਆ ਨਸ਼ੇ ਵਾਲੇ ਆਉਂਦੇ ਨੇ ਸਾਰੇ ਗੱਡੀਆਂ ਦੀ ਗੱਡੀ ਲੱਗਣੀ ਚਾਹੀਦੀ ਇੱਥੇ ਜਿਹੜੀ ਗੱਲ ਹੈ ਤੁਹਾਡੀ ਕੀ ਮੰਗ ਹੈ ਪੱਕੀ ਗੱਡੀ ਲੱਗੇ ਜਾ ਰਹੀ ਹੈ ਪੱਕੀ ਗੱਡੀ ਲੱਗੇ ਇੱਥੇ 2-3 ਵਜੇ ਤੱਕ ਆਉਂਦੇ ਨੇ ਮਾਰ ਹੋਰਨ ਮਾਰਦੇ ਨੇ ਇਹਨੇ ਨੂੰ ਚਲੋ ਕੋਈ ਮੰਨ ਗਿਆ ਕੋਈ ਖੱਪ ਗਿਆ ਉਹ ਸਰਕਾਰ ਜ਼ਿੰਮੇਦਾਰ ਹੈ ਤੁਹਾਡੀ ਮੰਗ ਕੀ ਹੈ ਜੀ ਹੁਣ ਮੇਰੀ ਸਰਕਾਰਾਂ ਦੇ ਅੱਗੇ ਇਹੋ ਹੀ ਹੈ ਜ਼ਿੰਮੇਦਾਰੀ ਮੇਰੀ ਇਹੋ ਹੀ ਸਰਕਾਰ ਦੇ ਅੱਗੇ ਜ਼ਿੰਮੇਦਾਰੀ ਆ ਕਿ ਸਰਕਾਰ ਸਾਡੀ ਗੱਡੀ ਦੀ ਮਤਲਬ ਮੱਲੇ ਦੀ ਕੇਅਰ ਕੀਤੀ ਜਾਵੇ ਕੇਅਰ ਕਰਨ ਸਾਡੇ ਮੱਲੇ ਦੀ ਠੇਕਾ ਖੋਲਣ ਨਹੀਂ ਦੇਣਾ ਨੌਜਵਾਨ ਜਾਂਦੇ ਨੇ ਲੜਕੀਆਂ ਜਾਂਦੀਆਂ ਸਾਰਾ ਕੁਝ ਕਰਦੇ ਨੇ ਇਹ ਕੋਈ ਗੱਲ ਥੋੜੀ ਹੈਗੀ ਹੈ ਇਹ ਮੁੱਲਾ ਏ ਹਾਂ ਮੁੱਲੇ ਚ ਰਹਿਣਾ ਏ ਮਤੇ ਕੀ ਦਿੱਕਤ ਮੁੱਲ ਲਈ ਇੱਥੇ ਮਤੇ ਕੀ ਦਿੱਕਤਾਂ ਕੀ ਆਉਂਦੀਆਂ ਪਰੇਸ਼ਾਨੀਆਂ ਕੀ ਇੱਥੇ ਦਿੱਕਤ ਹੀ ਦਿੱਕਤ ਏ ਕਦੀ ਪਾਣੀ ਤੋੜਦੇ ਕਦੀ ਕਿ ਦੁੱਖ ਤੋੜਦੇ ਕਦੇ ਕੁਝ ਤੋੜਦੇ ਨੇ ਇੱਥੇ ਸਾਰੀ ਇੱਕ ਚੀਜ਼ ਦੀ ਹਰ ਇੱਕ ਚੀਜ਼ ਦੀ ਦਿੱਕਤ ਏ ਬੁੱਢੇ ਬੰਦਿਆਂ ਤੋਂ ਲੰਘ ਨਹੀਂ ਸਕਦਾ ਜਿੱਦਾਂ ਹਰਕਤਾਂ ਕਰਦੇ ਗੰਦੀਆਂ ਹੈਂ ਗਾਲ ਇੰਨੀ ਗੰਦੀ ਬੰਦੇ ਜਿਹੜੇ ਰੇਹ ਰੱਬਦੇ ਨੇ ਮਤੇ ਕੀ ਚੌਂਕ ਦੇ ਵਿੱਚ ਮੁੰਡੇ ਖੜੇ ਹੁੰਦੇ ਤੇ ਕੀ ਖੜੇ ਹੁੰਦੇ ਤੇ ਸਾਰੇ ਹੀ ਕਦੀ ਇੱਧਰ ਖੜੇ ਹੋ ਗਏ ਕਦੀ ਇੱਧਰ ਖੜੇ ਹੋ ਗਏ ਕਦੀ ਇੱਧਰ ਖੜੇ ਹੋ ਗਏ ਇਹ ਕੋਈ ਸਰਾਂ ਥੋੜੀ ਹੈ ਲੋਕਾਂ ਨੂੰ ਮੁੱਲ ਪੁੱਤਰਾਂ ਤੇ ਜਗ੍ਹਾ ਲਈ ਹੈ ਐਡੇ ਵਾਸਤੇ ਨਾ ਜਗ੍ਹਾ ਲਈ ਹੈ ਇਹ ਗੌਰਮੈਂਟ ਕੁਛ ਨਹੀਂ ਕਰ ਸਕਦੀ ਕਰੇਗੀ ਜੀ ਹਾਂ ਤੇ ਫੇਰ ਭਰਾ ਸਾਰੇ ਇਕੱਠੇ ਆਹੋ ਠੇਕਾ ਬੰਦ ਹੋਣਾ ਚਾਹੀਦਾ ਬੱਚੇ ਸਕੂਲ ਕੋਲ ਨੇ ਕੋਲ ਸਾਡੇ ਐਮ ਡੀ ਪਬਲਿਕ ਸਕੂਲ ਹੈ ਲਿਟਲ ਮਾਡਲ ਸਕੂਲ ਹੈ
ਜਦੋਂ ਇੱਥੋਂ ਸਵੇਰੇ ਲੰਘਦੇ ਨੇ ਬੱਚੇ ਇੱਥੋਂ ਲੰਘਦੇ ਨੇ ਇੱਥੇ ਬਾਹਰ ਲੋਕ ਇੱਥੇ ਸ਼ਰਾਬ ਪੀਂਦੇ ਨੇ ਬਾਹਰ ਖੜ੍ਹੇ ਹੋ ਕੇ ਪੀਂਦੇ ਨੇ ਜਾਂ ਕਿਸੇ ਨੇ ਵੀ ਇੱਥੋਂ ਮੰਦਰ ਜਾਣਾ ਜਾਂ ਗੁਰਦੁਆਰਾ ਜਾਣਾ ਵੇ ਇੱਥੇ ਪਹਿਲਾਂ ਉਹ ਇਹਨਾਂ ਦੇ ਸ਼ਰਾਬੀਆਂ ਦੇ ਦਰਸ਼ਨ ਕਰਕੇ ਫਿਰ ਅੱਗੇ ਉਹ ਪਰਮਾਤਮਾ ਦੇ ਦਰਸ਼ਨ ਕਰਨ ਜਾਂਦੇ ਨੇ। ਓਕੇ, ਇਹ ਬਹੁਤ ਮਾੜਾ ਹੈਗਾ ਵੇ, ਇੱਥੇ ਜਲਦੀ ਤੋਂ ਜਲਦੀ ਇਹ ਠੇਕਾ ਬੰਦ ਹੋਣਾ ਚਾਹੀਦਾ ਵੇ ਕਿ ਜਿਹੜੇ ਆਉਣ ਜਾਣ ਵਾਲੇ ਰਾਹਗੀਰ ਨੇ ਉਹਨਾਂ ਨੂੰ ਥੋੜ੍ਹੀ ਰਾਹਤ ਮਿਲੇ। ਅਤੇ ਆਪਣਾ ਨਾਮ ਬੋਲ ਦਿਓ। ਮੇਰਾ ਨਾਮ ਜੀ ਰਜੇਸ਼ ਕੁਮਾਰ ਸੋਮ। ਤੁਸੀਂ ਇਸੇ ਏਰੀਆ ਦੇ ਰਹਿਣ ਵਾਲੇ ਹੋ? ਹਾਂਜੀ, ਮੈਂ ਨਿਊ ਕਸ਼ਮੀਰ ਨਗਰ ਦਾ ਰਹਿਣ ਵਾਲਾ। ਠੀਕ ਹੈ ਭਾਜੀ। 16 ਫਰਵਰੀ ਨੂੰ ਇੱਥੇ ਲੜਾਈ ਝਗੜਾ ਹੋਇਆ ਸੀਗਾ ਠੇਕੇ ਕਰਕੇ, ਠੀਕ ਹੈ ਨਾ। ਉਦੋਂ ਵੀ ਨਸ਼ੇ ਨਸ਼ੁਰੀ ਆਉਂਦੇ ਸੀਗੇ, ਅਸੀਂ ਗਏ ਸੀ ਐਕਸਾਈਜ਼ ਦੇ ਦਫ਼ਤਰ, ਉਹਦੇ ਨਾਲ ਲਿਟਨ 'ਚ ਕੰਪਲੇਂਟ ਦਿੱਤੀ ਗਈ ਸੀਗੀ। ਸਾਰੇ ਮਹੱਲੇ ਦੇ ਸਾਈਨ ਸੀਗੇ, ਸਾਰਿਆਂ ਨਾਲ ਗਏ ਸੀ ਮਹੱਲੇ ਦੇ। ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਸਾਨੂੰ 31 ਮਾਰਚ ਤੱਕ ਕੰਮ ਕਰ ਲੈਣ ਦਿਓ, ਅਸੀਂ ਉਹਨੇ ਵਿਦਿਨ ਦੀ 31 ਮਾਰਚ ਦੇ ਅੰਦਰ ਅੰਦਰ ਅਸੀਂ ਐਡਜਸਟ ਕਰ ਲਾਂਗੇ, ਆਪਣੀ ਲੋਕੇਸ਼ਨ ਚੇਂਜ ਕਰ ਲਾਂਗੇ। ਅਸੀਂ ਵੀ ਉਹਨਾਂ ਨਾਲ ਐਗਰੀ ਹੋਏ, ਕੰਪਰੋਮਾਈਜ਼ ਕੀਤਾ ਕਿ ਚਲੋ ਉਹਨਾਂ ਦਾ ਨੁਕਸਾਨ ਨਾ ਹੋਵੇ, ਕੰਮ ਕਰ ਲੈਣ ਦਿੱਤਾ ਜਾਵੇ। ਉਸ ਤੋਂ ਬਾਅਦ ਅਸੀਂ 20 ਮਾਰਚ ਨੂੰ ਫਿਰ ਉਹਨਾਂ ਨੂੰ ਰਿਮਾਈਂਡਰ ਦੇਣ ਵੀ ਗਏ ਹਾਂ। ਉਦੋਂ ਫਿਰ ਇੱਕ ਵਾਰੀ ਗਏ, ਉਹਨਾਂ ਨੂੰ ਫਿਰ ਇਹੀ ਹੌਸਲਾ ਦਿੱਤਾ ਕਿ ਅਸੀਂ ਦੁਕਾਨ ਲੱਭਦੇ ਪਏ ਹਾਂ, ਸਾਡੀ ਗੱਲਾਂ ਹੋ ਰਹੀਆਂ ਨੇ, ਅਸੀਂ ਦੁਕਾਨ ਜਿੱਥੇ ਲੱਭੇਗੀ ਸ਼ਿਫਟ ਹੋ ਜਾਵਾਂਗੇ 1 ਅਪ੍ਰੈਲ ਤੋਂ ਪਹਿਲਾਂ। ਅਤੇ ਅੱਜ ਸਵੇਰੇ 1 ਅਪ੍ਰੈਲ ਨੂੰ ਠੇਕਾ ਫਿਰ ਖੁੱਲ ਗਿਆ ਸੀਗਾ, ਅਸੀਂ ਠੇਕਾ ਬੰਦ ਕਰਾਇਆ ਵਾ। ਅਤੇ ਉਹਨਾਂ ਦੇ ਮੁਲਾਜ਼ਮਾਂ ਨੂੰ ਜਦੋਂ ਪੁੱਛਿਆ ਗਿਆ ਤੁਹਾਨੂੰ ਆਰਡਰ ਕੋਈ ਨਹੀਂ ਆ ਠੇਕਾ ਬੰਦ ਕਰਨ ਦਾ, ਉਹਨਾਂ ਨੇ ਸਾਫ਼ ਕਿਹਾ ਕਿ ਸਾਨੂੰ ਕੋਈ ਆਰਡਰ ਨਹੀਂ ਆਇਆ ਹੈਗਾ, ਸਾਨੂੰ ਕਿਹਾ ਗਿਆ ਸੀ ਠੇਕਾ ਖੋਲ ਲਵੋ। ਤੁਹਾਡੇ ਕੋਲ ਕੰਪਲੇਂਟ ਦੀ ਕਾਪੀ ਹੈ? ਕੰਪਲੇਂਟ ਦੀ ਕਾਪੀ ਵੀ ਹੈਗੀ ਹੈ, ਦਿਖਾ ਦਿਓ ਤੇ ਮੈਨੂੰ ਨਾ। ਉਹ ਸਰ ਉਹਨਾਂ ਕੋਲ ਪ੍ਰਧਾਨ ਜੀ ਕੋਈ ਇੱਕ ਸੀਸੀਟੀਵੀ ਵੀਡੀਓ ਦੀ ਗੱਲ ਕਰ ਰਹੇ ਤੇ ਸਾਨੂੰ ਉੱਥੇ ਜਿਹੜੇ ਇੰਸਪੈਕਟਰ ਹੈਗੇ ਨੇ ਹਰਜੋਤ ਸਿੰਘ ਬੇਦੀ ਜੀ, ਉਹਨਾਂ ਨੇ ਸਾਨੂੰ ਕਿਹਾ ਸੀਗਾ ਜੋ ਲੋਕੀ ਠੇਕੇ ਦੇ ਹਰਕਤਾਂ ਹੁੰਦੀਆਂ ਸਭ ਮੈਨੂੰ ਵੀਡੀਓ ਭੇਜਿਓ। ਤੁਸੀਂ ਦੇਖੋਗੇ 18 ਫਰਵਰੀ ਤੋਂ ਲੈ ਕੇ ਰੋਜ਼ ਦੀਆਂ ਵੀਡੀਓ ਉਹਨਾਂ ਨੂੰ ਜਾ ਰਹੀਆਂ ਨੇ, ਰੋਜ਼ ਸਾਨੂੰ ਕਹਿੰਦੇ ਨੇ ਓਕੇ ਆਈ ਵਿਲ ਸਕਿਪ ਟੂ ਠੇਕੇਦਾਰ, ਆਈ ਵਿਲ ਚੈੱਕ। ਰੋਜ਼ ਜੋ ਇੱਥੇ ਲੜਾਈਆਂ ਕਰਦੇ ਨੇ ਮੁੰਡੇ, ਦੇਖੋਗੇ ਆਹ ਨਸ਼ੇ ਹੋ ਰਹੇ ਨੇ ਠੇਕੇ ਦੇ ਨਾਲ, ਉਹ ਦੇਖੋ ਮੁੰਡੇ ਕਿੱਦਾਂ ਨਸ਼ੇ ਕਰਦੇ ਪਏ ਨੇ, ਠੀਕ ਹੈ ਨਾ ਭਾਜੀ। ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਡੇਲੀ ਦੀਆਂ ਵੀਡੀਓ ਆ ਦੇਖੋ। ਤੁਹਾਡੀ ਮੰਗ ਕੀ ਹੋਣ ਭਾਜੀ? ਫਿਰ ਮੰਗ ਇਹ ਕਿ ਠੇਕਾ ਤੁਸੀਂ ਲੋਕੇਸ਼ਨ ਚੇਂਜ ਹੋ ਜਾਵੇ। ਓਕੇ ਜੀ, ਆਹ ਅੱਗੇ ਰੋਡ 'ਤੇ ਜਾਓਗੇ ਫੈਕਟਰੀਆਂ ਹੈਗੀਆਂ ਨੇ, ਤਾਂ ਕੋਈ ਰੈਜੀਡੈਂਸ ਏਰੀਆ ਨਹੀਂ ਹੈਗਾ, ਧਾਮੰਡ ਚੁੰਗੀ ਲਾਗੇ ਕੋਈ ਘਰ ਨਹੀਂ ਹੈਗਾ। ਇਸ ਏਰੀਏ ਦੇ ਵਿੱਚ ਚੋਰੀਆਂ ਲੁੱਟਾਂ ਹੋ, ਇਸ ਏਰੀਏ 'ਚ ਚੋਰੀਆਂ ਲੁੱਟਾਂ ਹੋ, ਲੁੱਟਾਂ ਵੀ ਬਹੁਤ ਹੋ ਰਹੀਆਂ, ਬਹੁਤ ਹੋ ਰਹੀਆਂ ਨੇ ਸਰ, ਬਹੁਤ ਹੋ ਰਹੀਆਂ ਨੇ। ਅਤੇ ਜੋ ਸਰ ਵੇਲੇ ਮੁੰਡੇ 'ਤੇ ਖੜ੍ਹੇ ਹੁੰਦੇ ਨੇ, ਉਹਨਾਂ ਨੂੰ ਜੋ ਕੁਛ ਟੋਕਣ ਜਾਓ ਇੱਕੋ ਹੀ ਬਣਾਉਂਦਾ ਜੀ, ਸ਼ਰਾਬ ਲੈਣ ਆਏ ਆ, ਕੰਮ ਪੁੱਠੇ ਕਰਨ ਆਏ ਹੁੰਦੇ ਨੇ। ਉਹ ਤਾਂ ਬਜ਼ੁਰਗ ਲੋਕ ਕਹਿ ਰਹੇ ਨੇ ਕਿ ਲੇਡੀਜ਼ ਨਾਲ ਵੀ ਛੇੜਖਾਨੀ ਕਰਦੇ ਨੇ। ਹਾਂਜੀ, ਅੰਤ ਛੇੜਖਾਨੀ ਹੈ, ਲੇਡੀਜ਼ ਲੰਘ ਨਹੀਂ ਸਕਦੀ, ਬੀਬੀਆਂ ਲੇਡੀਜ਼ਾਂ ਖੜੀਆਂ ਜਾ ਕੇ ਪੁੱਛੋ ਸੀ ਕੀ ਹਾਲ ਹੁੰਦਾ ਉੱਥੇ, ਠੀਕ ਹੈ ਨਾ। ਅਤੇ ਜੋ ਮੁੰਡਿਆਂ ਨੂੰ ਟੁੱਕਣ ਜਾਓ ਉਹ ਅੱਗੋਂ ਲੜਨ ਨੂੰ ਪੈਂਦੇ ਨੇ, ਉਹ ਕਹਿੰਦੇ ਸੀ ਸ਼ਰਾਬ ਲੈਣਾ ਜੀ, ਤੁਹਾਨੂੰ ਕੀ ਹੈ, ਅਸੀਂ ਇਹ ਚਾਹੁੰਦੇ ਠੇਕਾ ਹਟ ਜਾਏਗਾ, ਇਸ ਮੁਹੱਲੇ ਸਫਾਈ ਹੋਏਗੀ। ਆਪਣਾ ਨਾਮ ਬੋਲਿਓ ਬਾਈ। ਮੇਰਾ ਨਾਮ ਅੰਕਿਤ ਰਾਏ ਆ। ਕਿਹੜੀ ਜਗ੍ਹਾ ਠੇਕਾ? ਸਰ ਬਿਲਕੁਲ ਠੇਕਾ ਨਿਊ ਦਸ਼ਮੇਸ਼ ਨਗਰ ਦੇ ਵਿੱਚ ਹੈ, ਸੀ ਬਲੋਕ ਦੇ ਵਿੱਚ। ਓਕੇ, ਅਤੇ ਅੱਜ ਇਹ 4ਵੀਂ ਵਾਰੀ ਇਹ ਸਿਚੁਏਸ਼ਨ ਆ ਗਈ ਹੈ, ਪਰ ਹਾਲੇ ਤੱਕ ਦੇਖੋ ਜੀ 10 ਵਜੇ ਦੇ ਉੱਤੇ ਅਸੀਂ ਬੈਠੇ ਹੋਏ ਹਾਂ, ਠੀਕ ਹੈ। ਸ਼ਰਾਬ ਵਾਈਨ ਐਕਸਾਈਜ਼ ਵਾਲਿਆਂ ਵੱਲੋਂ ਕੋਈ ਵੀ ਮਾਲਕ ਜਾਂ ਕੋਈ ਵੀ ਸਾਨੂੰ ਹਕੂਮਤ ਇੱਥੇ ਗੱਲ ਕਰਨ ਲਈ ਕੋਈ ਵੀ ਨਹੀਂ ਪਹੁੰਚਿਆ ਹਾਲੇ ਤੱਕ। ਮਾਮਲਾ ਜੀ ਇੱਦਾਂ, ਪਿਛਲੇ ਮਹੀਨੇ ਵੀ ਜਿਹੜਾ ਠੇਕੇ ਨੂੰ ਬੰਦ ਕਰਾਉਣ ਦੇ ਵਿੱਚ ਮਹੱਲੇ ਸਾਰੇ ਇਕੱਠੇ ਹੋਏ ਸੀ ਇੱਥੇ, ਉਹਦੇ ਸੰਬੰਧ 'ਚ ਜਿਹੜੇ ਆ ਸੀਨੀਅਰ ਅਧਿਕਾਰੀ ਆ ਬਾਰੀ ਘਰ ਜਿਹੜਾ ਕਮਿਸ਼ਨਰ ਦਫ਼ਤਰ, ਉੱਥੇ ਜਾ ਕੇ ਸਾਰੇ ਮਹੱਲੇ ਨੇ ਕੰਪਲੇਂਟ ਦਿੱਤੀ ਸੀ ਵੀ ਜਿਹੜਾ ਠੇਕਾ ਕਿਤੇ ਸ਼ਿਫਟ ਕੀਤਾ ਜਾਵੇ, ਕਿਉਂਕਿ ਕਾਫੀ ਸਮੇਂ ਤੋਂ ਜਿਹੜਾ ਲੋਕਾਂ ਸ਼ਾਮ ਨੂੰ ਲੰਘਦੇ ਨੇ ਬੱਚੇ ਜਾਂ ਘਰਾਂ ਲੰਘਦੀਆਂ ਵਾ, ਉਹ ਦਿੱਕਤ ਪਰੇਸ਼ਾਨੀ ਆ ਰਹੀ ਹੈ, ਕੋਈ ਸ਼ਰਾਬ ਪੀ ਕੇ ਬਾਹਰ ਖੜਾ ਹੋ ਰਿਹਾ, ਕੋਈ ਸਾਹਮਣੇ ਝਗੜਾ ਕਰ ਰਿਹਾ, ਉਹ ਫਿਰ ਜਿਹੜੇ ਦੁਕਾਨਦਾਰ ਮਾਰਕੀਟ ਹੁਣ ਭਰ ਚੁੱਕੀ ਆ, ਅੱਗੇ ਸੀ ਇਲਾਕਾ ਖਾਲੀ ਸੀ, ਹੁਣ ਦੁਕਾਨਦਾਰ ਗਾਹ ਵੀ ਕੋਈ ਆਉਂਦਾ, ਸ਼ਾਮ ਨੂੰ ਉਹਨਾਂ ਕਾਰੋਬਾਰ ਕਿੱਦਾਂ ਕਰਨਾ। ਉਹਦੇ ਸੰਬੰਧ 'ਚ ਅਜੇ ਧਰਨਾ ਲੱਗਿਆ ਗਿਆ ਵੀ ਜਿਹੜੇ ਪ੍ਰਸ਼ਾਸਨ ਨੇ ਕਿਹਾ ਸੀ ਜਿਹੜਾ ਠੇਕਾ ਆਪਾਂ ਸ਼ਿਫਟ ਕਰ ਦਿੱਤਾ ਜਾਵਾਂਗੇ, ਉਹਨਾਂ ਦੇ ਨਾ ਸ਼ਿਫਟ ਕਰਨ ਕਰਕੇ ਇਹਦਾ ਧਰਨਾ ਲੱਗਿਆ ਜੀ। ਇੱਕ ਲੇਡੀਜ਼ ਵੱਲੋਂ ਉਹ ਕਿਹਾ ਜਾ ਰਿਹਾ ਕਿ ਇਸ ਏਰੀਏ ਚਿੱਟਾ ਪੀ ਗਿਆ ਮੁੰਡੇ ਚੌਂਕ 'ਚ ਜਿਹੜੇ ਖੜੇ ਕੂਲਰਬਾਜ਼ੀ ਕਰਦੇ ਨੇ, ਉਹਦੇ ਬਾਰੇ ਤੁਸੀਂ ਕੋਈ ਪੁਲਿਸ ਕੰਪਲੇਂਟ ਨੂੰ? ਮੈਨੂੰ ਤਾਂ ਦੇਖੋ ਜੀ ਉਹ ਪਰਲਾ ਥੋੜ੍ਹਾ ਚੌਂਕ ਪੈਂਦਾ, ਉੱਥੇ ਚਾਹ ਪੀਣ ਦੇ ਬਹਾਨੇ ਜਾਂ ਨਸ਼ਾ ਵਿੱਚ ਜਿਹੜੇ ਖਾਂਦੇ ਪੀਂਦੇ ਆ, ਉਹਨਾਂ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ ਜੀ। ਇਹੀ ਗੱਲ ਦੀ ਆ ਵੀ ਜੇ ਦਾਰੂ ਪੀਣ ਵਾਲੇ ਉੱਧਰ ਜਾ ਖੜੇ ਹੋ ਜਾਂਦੇ ਆ, ਜੇ ਠੇਕਾ ਨਾ ਹੋਏਗਾ ਸ਼ਿਫਟ ਕਿਤੇ ਹੋ ਜਾਏਗਾ ਤਾਂ ਦਿੱਕਤ ਪਰੇਸ਼ਾਨੀ ਆਉਂਦੀ। ਪਰ ਇਸ ਬਾਰੇ ਤੁਸੀਂ ਕਦੀ ਪੁਲਿਸ ਨੂੰ ਕੰਪਲੇਂਟ ਸ਼ਿਕਾਇਤ ਕੀਤੀ ਨਹੀਂ ਕਦੀ ਕੋਈ ਵੀ? ਜਦੋਂ ਪਿਛਲੇ ਮਹੀਨੇ ਧਰਨਾ ਲੱਗਾ ਸੀ ਇਸ ਸੰਬੰਧ
ਦੇ ਵਿੱਚ ਪ੍ਰਸ਼ਾਸਨ ਇੱਥੇ ਆਇਆ ਸੀ, ਪੁਲਿਸ ਭਾਰੂ ਗ੍ਰਾਮ ਥਾਣੇ ਦੇ ਅਫਸਰ ਇੱਥੇ ਆਏ ਸੀ। ਕੋਈ ਪੁਲਿਸ ਇੱਥੇ ਸਰੀਏ ਗਸ਼ਤ ਵਗੈਰਾ ਕੋਈ ਆਉਂਦੇ ਨਹੀਂ ਪੁਲਿਸ ਇੱਥੇ, ਪੀਸੀਆਰ ਦੀ ਟੀਮ ਜਾਂ ਕੁਛ ਇੱਥੇ ਨਹੀਂ? ਇਹ ਤਾਂ ਆਪਾਂ ਵੇਖੇ ਨਹੀਂ ਇਸ ਏਰੀਏ ਜਾਂਦੇ ਹੋਏ, ਜੇ ਆਉਂਦੇ ਹੋਣ ਤਾਂ ਸ਼ਾਇਦ ਮੈਂ ਰੋਡ ਤੋਂ। ਕਿਹੜਾ ਥਾਣਾ ਕਿਹੜਾ ਪੈਂਦਾ? ਥਾਣਾ ਭਾਰੂ ਗ੍ਰਾਮ ਲੱਗਦਾ ਜੀ। ਤੁਸੀਂ ਕਦੀ ਪੁਲਿਸ ਨੂੰ ਕਿਹਾ ਵੇ ਕਿ ਇਸ ਏਰੀਏ 'ਚ ਗਸ਼ਤ ਕੀਤੀ ਜਾਵੇ, ਜ਼ਰੂਰਤ ਆ? ਦੇਖੋ ਪ੍ਰਸ਼ਾਸਨ ਨੂੰ ਆਪ ਜ਼ਿੰਮੇਵਾਰੀ ਬਣਦੀ ਹੈ, ਕਿਸੇ ਦੇ ਕਹਿਣ ਨਾਲ ਕੰਮ ਥੋੜ੍ਹਾ ਹੁੰਦਾ। ਕੋਈ ਕੰਪਲੇਂਟ ਸ਼ਿਕਾਇਤ ਕੋਈ ਦਿੱਤੀ ਹੋਵੇ ਆਪਣੇ ਵੱਲੋਂ? ਜਿਹੜੇ ਦਾ ਠੇਕੇ ਸੰਬੰਧੀ ਸ਼ਿਕਾਇਤ ਦਿੱਤੀ ਹੈ ਸਫਾਈ, ਇੱਕ ਤੁਸੀਂ ਆਪਣੇ ਵੱਲੋਂ ਸ਼ਿਕਾਇਤ ਦੋਗੇ ਪੁਲਿਸ ਨੂੰ ਜਾ ਦੇਣਗੇ? ਅਸੀਂ ਸਾਰੇ ਮੁਹੱਲਾ ਨਿਵਾਸੀ ਦੇਖੋ ਜੀ ਉੱਥੇ ਬੋਲਦੇ ਨੇ, ਇਹਦੇ ਸੰਬੰਧ 'ਚ ਧਰਨਾ ਵੱਡੇ ਲੈਵਲ 'ਤੇ ਲੱਗਿਆ ਗਿਆ, ਕਿਉਂਕਿ ਵੱਖ ਵੱਖ ਪਾਰਟੀਆਂ ਦੇ ਜਥੇਬੰਦ ਜਾਂ ਸੰਸਥਾਵਾਂ ਸਾਰੇ ਜਿਹੜੀ ਅੱਜ ਸਾਰੇ ਇੱਥੇ ਪਹੁੰਚੇ ਨੇ ਸਾਡੇ। ਆਪਣਾ ਨਾਂ ਬੋਲ ਦਿਓ। ਅਜੇ ਕਿਹੜੀ ਜਗ੍ਹਾ ਠੇਕਾ? ਪੈਂਟਾਂ ਖੋਲ ਖੋਲ ਕੇ ਸ਼ਰਾਬਾਂ ਬਾਥਰੂਮ ਕਰਦਾ ਪਿਆ, ਕੋਈ ਗਾਣਾ ਕੱਢਦਾ ਪਿਆ, ਕੋਈ ਲੜਦਾ ਪਿਆ ਆਂਢ ਗੁਆਂਢ ਨਾਲ, ਸਾਹਮਣੇ ਘਰ ਆ ਉੱਥੇ ਬੈਠ ਜਾਂਦੇ ਤਣੀਆਂ ਨੇ ਸ਼ਰਾਬਾਂ ਪੀ ਪੀ ਕੇ, ਤੁਹਾਡੀਆਂ ਧੀਆਂ ਭੈਣਾਂ ਉਹ ਜਾ ਰਹੇ ਨੇ ਠੇਕਾ ਖੁਲਾਣਾ ਸੀ ਕਿ ਬੰਦ ਕਰਾਉਣਾ ਹੁਣ ਸਰ, ਠੇਕਾ ਖੋਲਣ ਆਏ ਜਾਂ ਬੰਦ ਕਰਨ ਵਾਲੇ ਆਣ ਕੇ ਸਾਨੂੰ ਕੀ ਐਪਲੀਕੇਸ਼ਨ ਦੇ ਉਸ ਹਿਸਾਬ ਨਾਲ ਆਪਾਂ ਨੈਕਸਟ ਲਿਖਦੇ ਆ ਜੀ, ਵੇਟ ਕਰ ਰਹੇ ਆ ਐਕਸਾਈਜ਼ ਵਾਲਿਆਂ ਦੀ। ਤੁਹਾਡੇ ਹਿਸਾਬ ਨਾਲ ਤੁਸੀਂ ਹੁਣ ਮੁਹੱਲੇ ਦੀ ਵਿਜਿਟ ਕੀਤੀ ਹੈ, ਠੇਕਾ ਖੁੱਲ੍ਹਣਾ ਚਾਹੀਦਾ ਜਾਂ ਨਹੀਂ ਖੁੱਲ੍ਹਣਾ ਚਾਹੀਦਾ ਏਰੀਆ ਦੇ ਹਿਸਾਬ ਨਾਲ? ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਜੀ। ਓਕੇ ਸਰ, ਗੱਲਬਾਤ ਕੀਤੀ ਗਈ ਮੁਹੱਲੇ ਵਾਲੇ ਨੇ? ਮੁਹੱਲੇ ਵਾਲਿਆਂ ਨੇ ਕਿਹਾ ਸੀਗਾ ਸਰ, ਕਹਿੰਦੇ ਵੀ ਨਹੀਂ ਖੁੱਲ੍ਹਣਾ ਚਾਹੀਦਾ। ਮੈਂ ਤਾਂ ਇਹਦਾ ਕੋਈ ਕਮੈਂਟ ਬੋਲਿਆ ਜੀ, ਸਵਾਲ ਤਾਂ ਲੈ ਲਓ। ਸਵੇਰੇ ਵੀ ਕਹਿੰਦੇ ਤੁਹਾਡੇ ਮੁਲਾਜ਼ਮ ਥਾਣੇ ਤੋਂ ਆਏ ਸੀ ਗੁਰਵਿੰਦਰ ਜੀ, ਐਸ ਆਈ ਕਹਿ ਰਹੇ ਸੀਗੇ ਉਹ ਉੱਥੇ ਪਹੁੰਚਿਆ ਇੱਥੇ ਆਏ ਸੀ, ਉਹਨਾਂ ਨੇ ਤੁਹਾਨੂੰ ਦੱਸਿਆ ਨਹੀਂ ਤੇ ਕੀ ਹੋਇਆ ਸੀ ਕੀ ਨਹੀਂ ਹੋਇਆ? ਕਿੰਨਾ ਸਮੇਂ ਹੋ ਗਿਆ ਸਰ ਮੁਹੱਲੇ ਦੇ ਵਿੱਚ ਇਸ ਟਾਈਮ ਖੜੇ ਹੁੰਦੇ ਤੁਹਾਨੂੰ? ਸਰ ਕਿੰਨਾ ਸਮੇਂ ਹੋ ਗਿਆ ਇਸ ਟਾਈਮ ਖੜੇ ਹੁੰਦੇ? ਅੱਧੇ ਘੰਟੇ 'ਚ ਵੈਰੀਫਾਈ ਕੁਛ ਨਹੀਂ ਐਕਸਾਈਜ਼ ਨਾਲ ਗੱਲ ਐਕਸਾਈਜ਼ ਵਾਲੀ ਨਾਲ ਗੱਲ ਹੋਈ ਆਏ ਨਹੀਂ? ਕਦੋਂ ਤੱਕ ਆ ਰਹੇ ਨੇ? ਆਈ ਡੋਟ ਡੋਟ ਨੋ, ਪਤਾ ਨਹੀਂ ਕਿਸੇ ਨੂੰ ਕਾਲ ਕੀਤੀ ਹੈ ਕਿਤੇ ਆ ਰਹੇ ਤਾਂ ਜੀ। ਇੱਕ ਮੁਹੱਲੇ ਵਾਲਿਆਂ ਵੱਲੋਂ ਕੰਪਲੇਂਟ ਹੈ ਕਿ ਮੁਹੱਲੇ ਦੀਆਂ ਲੜਕੀਆਂ ਨਾਲ ਛੇੜਕਾਨੀ ਹੁੰਦੀ ਹੈ, ਉਹ ਕਹਿੰਦੇ ਕੰਪਲੇਂਟ ਕਈ ਵਾਰੀ ਦਿੱਤੀ ਹੈ ਪਰ ਕੋਈ ਸਰ ਆ ਵੇਖੋ ਸਰ ਆ ਸਾਹਮਣੇ ਫੋਟੋਕਾਪੀਆਂ ਪਈਆਂ, ਕਹਿੰਦੇ ਕੰਪਲੇਂਟ ਕਈ ਵਾਰੀ ਦਿੱਤੀ ਹੈ, ਉਹਨਾਂ ਦੀਆਂ ਫੋਟੋਕਾਪੀਆਂ ਪਈਆਂ ਉਹ ਤੁਹਾਨੂੰ ਦਿਖਾ ਦਿੰਦੇ ਇੱਧਰ ਆ ਦੋ ਸਰ ਇੱਧਰ ਆ ਲੈਣੀ ਹੈ ਐਪਲੀਕੇਸ਼ਨ ਚਿੱਟਾ ਚਿੱਟਾ ਕਹਿੰਦੇ ਸ਼ਰੀਆਂ ਵੇਖ ਰਿਹਾ ਸੀ ਸਰ, ਮੁਹੱਲੇ ਵਾਲੇ ਕਹਿ ਰਹੇ ਆਪਾਂ ਨਹੀਂ ਕਹਿ ਰਹੇ ਉਹਦੇ ਬਾਰੇ ਕੀ ਕਹਿਣਾ? ਹਾਂਜੀ ਸਰ ਕੀ ਤੁਸੀਂ ਕਹਿ ਰਹੇ ਬਾਬਾ ਸਰ ਜੀ ਐਪਲੀਕੇਸ਼ਨਾਂ ਦਿੱਤੀਆਂ ਸਾਡੀਆਂ ਉਹ ਫੋਟੋਕਾਪੀਆਂ ਪਈਆਂ ਸਾਡੇ ਕੋਲ ਜਿਹੜੇ ਇਹਨਾਂ ਨੂੰ ਦਿੱਤੀਆਂ ਐਪਲੀਕੇਸ਼ਨਾਂ। ਅੱਛਾ ਕਿਹਨਾਂ ਦਿੱਤੀਆਂ? ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਵੀ ਦਿੱਤੀਆਂ ਆ। ਅੱਛਾ ਤੇ ਐਕਸਾਈਜ਼ ਵਾਲਿਆਂ ਨੇ ਵੀ ਦਿੱਤੀਆਂ ਜਿਨ੍ਹਾਂ ਨੇ ਕਿਹਾ ਹੈਗਾ 31 ਮਾਰਚ ਤੱਕ ਤੁਹਾਨੂੰ ਖੋਲ੍ਹ ਲੈਣ ਦਿਓ, ਸਾਡਾ ਠੇਕਾ ਪੂਰਾ ਹੋ ਜਾਊਗਾ ਅਤੇ ਅਸੀਂ ਖਾਲੀ ਕਰ ਦਿਆਂਗੇ।